ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਮਦਮੀ ਟਕਸਾਲ ਵੱਲੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਦਿੱਤੀ ਗਈ ਮਾਰਨ ਦੀ ਕਥਿਤ ਧਮਕੀ ਦੇ ਮੱਦੇਨਜ਼ਰ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨਾ ਕਰਨ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਆਦੇਸ਼ ਦਿੱਤਾ ਹੈ ਕਿ ਉਹ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਜਾਵੇ। ਮੁੱਖ ਮੰਤਰੀ ਨੇ ਉਸ ਵੀਡੀਓ ਦੀ ਜਾਂਚ ਕਰਨ ਲਈ ਵੀ ਕਿਹਾ ਹੈ ਜਿਹਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਧਮਕੀ ਦਿੱਤੀ ਗਈ ਹੈ। ਇਹ ਵੀਡੀਓ 20 ਮਈ 2018 ਨੂੰ ਵਾਇਰਲ ਹੋਈ ਸੀ ਜਿਸ ਵਿੱਚ ਟਕਸਾਲ ਦੇ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਢੱਡਰੀਆਂ ਵਾਲਿਆਂ ਨੂੰ ਕਥਿਤ ਤੌਰ ਤੇ ਮਾਰਨ ਦੀ ਧਮਕੀ ਦੇ ਰਹੇ ਹਨ। ਬੋਡੀਗਾਰਡ ਲਈ ਫਿਰਦਾ, ਸਰਕਾਰੀ ਜੇਸੀਆਂ ਲਈ ਫਿਰਦਾ, ਉਹਨਾਂ ਲੋਕਾਂ ਨੂੰ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ, ਬਿਨਾਂ ਸ਼ਸਤਰ ਤੋਂ ਪੰਜ ਕਕਾਰ ਧਾਰਨੀ ਕਰਕੇ ਮੈਨੂੰ ਆਪਣੇ ਸਥਾਨ ਤੇ ਬੁਲਾਉਣ, ਮੇਰੀ ਤਲਾਸ਼ੀ ਵੀ ਲੈ ਲੈਣ, ਪਰ ਮੈਨੂੰ ਇੱਕ ਘੰਟਾ ਕੋਲ ਬਿਠਾਲ ਕੇ ਜੋਕ ਨਾਲ ਫਿਰ ਗੱਲ ਕਰਕੇ ਦਿਖਾ ਲੈਣ ਜੇ ਮਰਦ ਦਾ ਪੁੱਤ ਕਿਸੇ ਮਾਂ ਦਾ ਪੁੱਤ ਆ ਤਾਂ। ਸਾਧ ਸੰਗਤ ਜੀ, ਮੈਂ ਦਾਅਵੇ ਨਾਲ ਇਹ ਗੱਲ ਕਹਿਣੀ ਚਾਹੁੰਦਾ, ਉਹ ਆਪਣੇ ਸਥਾਨ ਤੇ ਸੱਜੇ ਤੇ ਜੇ ਉਹਦੀ ਹਿੰਮਤ ਹੈ ਪਹਿਲਾਂ ਮੇਰੀ ਤਲਾਸ਼ੀ ਲੈ ਲਵੇ। ਆਹੀ ਸ੍ਰੀ ਸਾਹਿਬ ਪਾ ਕੇ ਉਹ ਦੀਵਾਨ ਦੇ ਕੋਲ ਬੈਠਣ ਦਾ ਮੌਕਾ ਦੇ ਦੇਵੇ, ਆਪਣੀ ਕਮਾਂਡੋ ਨੂੰ ਚੌਕਸ ਕਰ ਲਵੇ, ਆਪਣੇ ਗਨਮੈਨਾਂ ਨੂੰ ਚੌਕਸ ਕਰ ਲਵੇ, ਫਿਰ ਧੁਰਕੀ ਬਾਣੀ ਦਾ ਪੰਕਤੀ ਪੜ ਕੇ ਨਾਂ ਲੈ ਕੇ ਦਿਖਾ ਲੈ ਜੇ ਉੱਥੇ ਨਾ ਧਰਤੀ 'ਚ ਗੱਡਿਆ ਫਿਰ ਦਮਦਮੀ ਟਕਸਾਲ ਦੇ ਸੇਵਾਦਾਰ ਨਾ ਆਖਿਓ। ਸਰਕਾਰੀ ਬੁਲਾਰੇ ਮੁਤਾਬਕ ਜੱਸੋਵਾਲ ਦੀ ਇਸ ਵੀਡੀਓ ਤੇ ਮੁੱਖ ਮੰਤਰੀ ਨੇ ਖੁਦ ਫੈਸਲਾ ਲੈ ਕੇ ਨੋਟਿਸ ਲਿਆ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਕਿਹਾ ਹੈ ਕਿ ਉਹ ਆਪਣੀਆਂ ਧਾਰਮਿਕ ਹੱਦਾਂ ਪਾਰ ਨਾ ਕਰਨ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਸੂਬੇ ਦੀ ਸਦਭਾਵਨਾ ਤੇ ਸ਼ਾਂਤੀ ਨੂੰ ਭੰਗ ਕਰਨ ਦਾ ਖਤਰਾ ਪਹੁੰਚਾਉਣ ਵਾਲੇ ਤੱਤਾਂ ਖਿਲਾਫ਼ ਕਾਰਵਾਈ ਕਰਕੇ ਦੋਸ਼ੀ ਪਾਏ ਜਾਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਆਪਣੇ ਫੇਸਬੁੱਕ ਪੇਜ ਉੱਤੇ ਪਾਈ ਗਈ ਇੱਕ ਵੀਡੀਓ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਜੋ ਪ੍ਰਚਾਰਕਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ ਉਹ ਅਸਲ ਵਿੱਚ ਸਿੱਧਾ ਇਸ਼ਾਰਾ ਉਹਨਾਂ ਵੱਲ ਹੈ। ਰਣਜੀਤ ਸਿੰਘ ਢੱਡਰੀਆਂ ਵਾਲੇ ਇਸ ਵੀਡੀਓ ਵਿੱਚ ਕਹਿ ਰਹੇ ਨੇ ਕਿ ਦਮਦਮੀ ਟਕਸਾਲ ਦੇ ਲੋਕਾਂ ਵੱਲੋਂ 2 ਸਾਲ ਪਹਿਲਾਂ ਉਹਨਾਂ ਦੇ ਸਾਥੀ ਭੁਪਿੰਦਰ ਸਿੰਘ ਦਾ ਕਤਲ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਉਹ ਸੁਰੱਖਿਆ ਲੈ ਕੇ ਬਾਹਰ ਜਾਂਦੇ ਹਨ, ਉਹਨਾਂ ਦੀ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਬਦਨਾਮ ਕੀਤਾ ਜਾਂਦਾ ਹੈ। ਅੱਜ ਮੇਰਾ ਤੁਹਾਡੇ ਸਾਹਮਣੇ ਆਉਣ ਦਾ ਕਾਰਨ ਹੈ, ਕੱਲ ਇੱਕ ਚਰਨਜੀਤ ਸਿੰਘ ਜੱਸੋਵਾਲ ਮੁੱਖ ਬੁਲਾਰੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਦਮਦਮੀ ਟਕਸਾਲ ਦਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਬਾਬਾ ਹਰਨਾਮ ਸਿੰਘ ਉੱਥੇ ਆਲੇ ਦੁਆਲੇ ਹੋਰ ਸੰਤਾਂ ਫੈਡਰੇਸ਼ਨਾਂ ਦੇ ਕੁਛ ਬੰਦੇ SGPC ਦੇ ਬੰਦਿਆਂ ਵਿੱਚ ਖੜ ਕੇ ਚਰਨਜੀਤ ਸਿੰਘ ਜੱਸੋਵਾਲ ਨੇ ਖੁੱਲ੍ਹ ਕੇ ਪ੍ਰਚਾਰਕਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਹਦੇ ਵਿੱਚ ਸਿੱਧਾ ਇਸ਼ਾਰਾ ਮੇਰੇ 'ਤੇ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 ਸਾਲ ਪਹਿਲਾਂ ਅਟੈਕ ਕਰਕੇ ਭੁਪਿੰਦਰ ਸਿੰਘ ਦਾ ਇਹਨਾਂ ਨੇ ਕਤਲ ਕੀਤਾ ਹੈ। ਇਨ੍ਹਾਂ ਹੀ ਨਹੀਂ, ਦਮਦਮੀ ਟਕਸਾਲ ਵੱਲੋਂ ਧਮਕੀਆਂ ਅਤੇ ਡਰਾ ਧਮਕਾ ਕੇ ਦੂਜਿਆਂ ਨੂੰ ਆਪਣੇ ਪੈਰਾਂ ਤੇ ਝੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਸ ਨੂੰ ਧਾਰਮਿਕ ਗੁੰਡਾਗਰਦੀ ਨਾ ਦਿੰਦਿਆਂ ਹੋਇਆਂ ਇਸ ਨੂੰ ਬੰਦ ਕਰਵਾਉਣ ਦੀ ਮੰਗ ਕਰ ਰਹੇ ਨੇ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਤਖਤਾਂ ਦੇ ਜਥੇਦਾਰਾਂ ਦੀ ਚੁੱਪੀ ਉੱਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ 5-7 ਪ੍ਰਚਾਰਕਾਂ ਸਣੇ ਮੈਨੂੰ ਵੀ ਅਕਾਲ ਤਖਤ ਉੱਤੇ ਬੁਲਾ ਲਵੋ ਅਤੇ ਲਾਈਨ ਵਿੱਚ ਖੜੇ ਕਰਵਾ ਕੇ ਗੋਲੀ ਮਰਵਾ ਦਿਓ, ਨਾਲੇ ਕੌਮ ਨੂੰ ਲੱਗੇ ਕਿ ਸ਼ਾਂਤੀ ਹੈ। ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਸੋਸ਼ਲ ਮੀਡੀਆ ਉੱਤੇ ਪਾਈਆਂ ਕਈ ਵੀਡੀਓ ਦੇ ਵਿੱਚ ਧਮਕੀ ਭਰੇ ਲਹਿਜ਼ੇ ਦੇ ਵਿੱਚ ਆਪਣੀ ਜਥੇਬੰਦੀ ਦੇ ਮੁਖੀ ਹਰਨਾਮ ਸਿੰਘ ਖਾਲਸਾ ਉੱਤੇ ਸਵਾਲ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੇ ਲਈ ਕਹਿੰਦੇ ਦਿਖ ਰਹੇ ਹਨ। ਉਹਨਾਂ ਦੇ ਸ਼ਬਦਾਂ ਦੇ ਵਿੱਚ ਇਜ਼ਹਾਰ ਕਾਫ਼ੀ ਗਰਮ ਅਤੇ ਇਤਰਾਜ਼ਯੋਗ ਹੈ। ਭਾਵੇਂ ਨਿਮਰਤਾ ਨਾਲ ਇਹ ਬੇਨਤੀ ਕਰੇ ਪਰ ਉਹ ਕਈ ਵਾਰੀ ਦੂਸਰੇ ਪਾਸੇ ਨੂੰ ਚਲੇ ਜਾਂਦੀ ਹੈ। ਦਾਸ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਅਸੀਂ ਆਪਣੇ ਸਰੀਰ ਦੇ ਉੱਪਰ ਵੀ ਆਪਣੀ ਰਸਨਾ ਦੇ ਉੱਪਰ ਵੀ ਹਰ ਤਰ੍ਹਾਂ ਕਾਬੂ ਰੱਖਦੇ ਹਾਂ। ਪਰ ਮੈਂ ਉਹਨਾਂ ਲੋਕਾਂ ਨੂੰ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਜਿਹੜਾ ਤੁਸੀਂ ਅੱਜ ਸੰਸਾਰ ਦੇ ਵਿੱਚ ਇਹ ਪ੍ਰਚਾਰ ਕਰਦੇ ਕਿ ਫਲਾਣੇ ਸਿੱਖ ਦੀ ਪੱਗ ਲੈ ਗਈ, ਦਾਸ ਨਿਸ਼ਚੇ ਨਾਲ ਭਰੋਸੇ ਨਾਲ ਕਹਿ ਸਕਦਾ ਜਿੱਥੇ ਦਾਸ ਤੇ ਬੈਠਿਆਂ ਕਿਸੇ ਵੀ ਸਮਾਗਮ ਦੇ ਵਿੱਚ ਕਿਸੇ ਪ੍ਰਚਾਰਕ ਨੂੰ ਦਾਸ ਨੇ ਸੁਣ ਲਿਆ ਉਹਦੀ ਪੱਖੀ ਉੱਥੇ ਹੀ 6 ਦੀਆਂ 6 ਗੋਲੀਆਂ ਲਗਾਵਾਂਗੇ। ਉੱਧਰ ਦਮਦਮੀ ਟਕਸਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਕਸਾਲ ਨੂੰ ਚੇਤਾਵਨੀ ਦੇਣ ਦੇ ਲਈ ਉਸ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਕਿ ਕਾਂਗਰਸ ਦਾ ਮੁੱਖ ਮੰਤਰੀ ਦਮਦਮੀ ਟਕਸਾਲ ਦੇ ਸਤਿਕਾਰ ਤੇ ਸੱਟ ਮਾਰਨ ਤੋਂ ਬਾਜ਼ ਆਵੇ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਕਿਸੇ ਵੀ ਜ਼ਬਰ ਜ਼ੁਲਮ ਦੇ ਨਾਲ ਪੈਪੀਤ ਹੋਣ ਵਾਲੀ ਨਹੀਂ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।